ਟਰਾਲੀ ਗਾਣਾ ਜਾਂਦਾ ਹੈ ਜੀ। ਭਾਈ ਮਾੜਾ 234 ਨੰਬਰ ਇਹ ਝੋਟੇ ਨੇ ਪਹਿਲਾ ਨੰਬਰ ਲਿੱਤਾ ਜੀ। ਝੋਟਾ ਕਿਸਾਨ ਦਾ ਕਿਹੜੇ ਪਿੰਡ ਤੋਂ ਕੀ ਖਾਦ ਖੁਰਾਕ ਉਹਨਾਂ ਦੀ ਸਾਰੇ ਭਰਾਵਾਂ ਨਾਲ ਪਾ ਕਰ ਇੱਧਰ ਸ਼ਹਿਰ ਤੋਂ ਇਹ ਝੋਟਾ ਦੂਸਰੇ ਨੰਬਰ 'ਤੇ ਆਇਆ ਗਾ ਅਤੇ ਪਰਾਲੀ ਖਾਣਾ ਆ ਗਿਆ ਪਹਿਲੇ ਨੰਬਰ 'ਤੇ। ਪਿਛਲੇ ਸਾਲਾਂ ਦਾ ਵੀ ਚੈਂਪੀਅਨ ਆ ਝੋਟਾ ਉਹ ਪਰਾਲੀ ਖਾਣਾ। ਬਣ ਨਹੀਂ ਦਿੰਦੇ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਧੰਨਵਾਦ ਆਪਾਂ ਜੀ ਨੂੰ ਦਾ ਆਲ ਇੰਡੀਆ ਦੀ ਚੈਂਪੀਅਨਸ਼ਿਪ ਰਵੀ ਦੋਸਤੋ ਇਹ ਬੁੱਲ ਤੀਜੇ ਨੰਬਰ 'ਤੇ ਆਇਆ ਗਾ ਅਤੇ ਡਿਟੇਲ ਸਾਰਿਆਂ ਦੀ ਲੈਂਦੇ ਹਾਂ ਆਪਾਂ ਤੀਜੇ ਨੰਬਰ 'ਤੇ ਆਇਆ ਜੀ। ਐਤਕੀ ਦੋ ਦੰਦ ਦੇ ਵਿੱਚ ਦੋ ਦੰਦ ਚ ਵੀ ਆ ਗਿਆ ਹੈ ਨਾ। ਤੁਹਾਨੂੰ ਵਧਾਈਆਂ ਜੀ, ਬਹੁਤ ਵਧੀਆ ਲੱਗਿਆ ਮੇਲੇ ਦੇ ਪਹੁੰਚਣ ਲਈ। ਕਿੰਨਾ ਕੁ ਵਧੀਆ ਲੱਗਿਆ ਪ੍ਰਬੰਧ ਮੇਲੇ ਦਾ? ਅਸੀਂ ਆਪ ਕੰਮ ਦਾ ਬਹੁਤ ਸੌਖਾ, ਪਰ ਸਾਨੂੰ ਇਹ ਨਹੀਂ ਬਚਾਇਆ ਮੇਲੇ ਦੇ। ਅੱਛਾ ਜੀ, ਠੀਕ ਹੈ ਜੀ। ਐਤਕੀ ਪਰਾਲੀ ਦਾ ਵੀ ਪਾਈ ਕੋਈ ਦਾਣਾ ਪੱਤਾ ਪਾਇਆ? ਪਰਾਲੀ ਪਿਛਲੇ ਸਾਲ ਵੀ ਇਹਦੇ ਅੰਦਰ ਆ, ਹੁਣ ਨਹੀਂ ਪਾਉਣੀ। ਅੱਛਾ ਜੀ, ਠੀਕ ਹੈ। ਜਦੋਂ ਖੀਰਾ ਪਰਾਲੀ ਖਾਣ ਦੇ ਨਾਂ ਤੇ ਮਸ਼ਹੂਰ ਹੋ ਗਿਆ ਸੀ ਨਾ, ਇਹ ਪਰ ਬਜ਼ੁਰਗ ਕਹੇ ਸੀ ਜਦੋਂ ਖੀਰਾ ਜਿੱਤਿਆ ਵੀ ਇਹ ਪਰਾਲੀ ਦੇ ਪਲਿਆ ਹੋਇਆ। ਐਤਕੀ ਤਾਂ ਹੀ ਬਜ਼ੁਰਗ ਤੋਂ ਪੁੱਛਦੇ ਆ ਵੀ ਐਤਕੀ ਕਾਹਤੇ ਪਾਲਿਆ, ਦਾਣੇ ਦੇ ਪਾਲੇ ਜੀ ਐਤਕੀ? ਸਹੀ ਗੱਲ, ਅਜੇ ਵੀ ਦਾਣਾ ਗੁਰੂ ਗ੍ਰੰਥ ਸਾਹਿਬ ਜੀ ਸੰਭਲ ਕੇ ਪਿਆ ਨੀਗਾ। ਅੱਛਾ ਜੀ, ਹਾਂ ਪਾਵਾਂਗੇ ਜੋ ਟੈਂਕੀਆਂ ਪੜ ਗਿਆ। ਪਰਾਲੀ ਖਾਣ ਦੇ ਨਾਂ ਤੇ ਮਸ਼ਹੂਰ ਹੋਇਆ ਸੀਗਾ ਇਹ ਝੋਟਾ। ਇਹ ਪਿਛਲੀ ਯਾਰ ਖੀਰਿਆਂ ਦੇ ਵਿੱਚ ਜਿੱਤਿਆ ਸੀ, ਚੈਂਪੀਅਨ ਬਣਿਆ ਸੀਗਾ, ਤੇ ਇਸ ਵਾਰ ਦੋ ਦੰਦ ਦੇ ਵਿੱਚ ਇਹ ਚੈਂਪੀਅਨ ਬਣ ਗਿਆ ਗਾ। ਸਮਾਂ ਬਲਿਆ ਬਹੁਤ ਚੰਗਾ ਹੈਗਾ। ਠੀਕ ਹੈ ਜੀ। ਤੇ ਤੀਜੇ ਨੰਬਰ ਤੇ ਆਇਆ ਬਾਈ? ਤੀਜਾ ਨੰਬਰ ਆ।
ਕਿਹੜੇ ਬੋਲਦਾ ਬਾਈ? ਅੱਛਾ ਟੈਂਕ ਦਾ ਹੈਗਾ, ਠੀਕ ਆ ਬਾਈ, ਧੰਨਵਾਦ। ਦੋਸਤੋ ਬਾਡੀ ਬੰਦਰ ਜੀ ਦੇਖ ਸਕਦੇ ਹੋ ਤੁਸੀਂ, ਇਹ ਟੈਂਕ ਬੋਲਦਾ ਹੈਗਾ ਮਿਲੇ ਸੀ ਇਹਨਾਂ ਨੂੰ ਡਾਇਮੰਡ ਦਾ ਬੱਚਾ, ਠੀਕ ਹੈ ਜੀ। ਅਸੀਂ ਇਹਨਾਂ ਨੂੰ ਇਹ ਪੁੱਛਿਆ ਵੀ ਆਪਣਾ ਹੁਣ ਪਤਾ ਲੱਗਾ ਵੀ ਇਹ ਬਾਜਵਾ ਜੀ ਦੀ ਮਾਝ ਦਾ ਬੱਚਾ ਯਾਦਵ ਦੇ, ਠੀਕ ਹੈ, ਬਹੁਤ ਵਧੀਆ ਬਰੀਡਰ ਹੈ, ਹਾਂਜੀ, ਬੜੀਆਂ ਵੀ ਇੱਥੇ ਚੰਗੀਆਂ ਮੱਝਾਂ ਵਾ, ਠੀਕ ਹੈ। ਸਭ ਤੋਂ ਖੁਸ਼ੀ ਦੀ ਗੱਲ ਇਹ ਹੋਈ ਆ ਵੀ ਚੰਗੀ ਮੱਝ 'ਚੋਂ ਬੱਚਾ ਪੈਦਾ ਆ, ਠੀਕ ਹੈ। ਜੇ ਕੱਲ੍ਹ ਨੂੰ ਬਰੀਡਿੰਗ ਹੁੰਦੀ ਆ ਤਾਂ ਕੋਈ ਫਾਇਦਾ ਕਰੂ ਨੁਕਸਾਨ ਫਾਰਮਰ ਵੀਰਾਂ ਨੂੰ ਚੰਗੀ ਲਾਈਨ ਮਿਲ ਗਈ, ਹਾਂਜੀ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਜਾਣਕਾਰੀ ਦੇਣ ਲਈ, ਅਤੇ ਦੇਖ ਸਕਦੇ ਹੋ ਬਾਈ ਆਹ ਬੱਚੇ ਦਾ ਡਾਇਮੰਡ ਦਾ, ਡਾਇਮੰਡ ਦਾ ਬਾਈ, ਹਾਂਜੀ ਬਾਈ, ਡਾਇਮੰਡ ਦਾ, ਠੀਕ ਆ। ਕਿਹੜਾ ਪਿੰਡ ਆਪਣਾ ਬਾਈ? ਬਾਈ ਪਿੰਡ ਸ਼ੇਰਗੜ੍ਹ ਹੈ, ਜ਼ਿਲ੍ਹਾ ਪਟਿਆਲਾ, ਜ਼ਿਲ੍ਹਾ ਪਟਿਆਲਾ, ਠੀਕ ਆ ਜੀ। ਦੋਸਤੋ ਦੇਖ ਸਕਦੇ ਹੋ ਤੁਸੀਂ, ਅਤੇ ਬਾਈ ਮਾਂ ਦਾ ਕੀ ਰਿਕਾਰਡ ਆ? ਮਾਂ ਦਾ ਬਾਈ 17 ਕਿਲੋ ਦਾ ਹੈ, 17 ਕਿਲੋ ਦਾ ਰਿਕਾਰਡ ਆ, ਠੀਕ ਆ। ਪਹਿਲੀ ਵਾਰੀ ਪਾਇਆ ਬਾਈ? ਨਾਨੀ ਪੋਜੀਸ਼ਨ ਸੀ ਮਿਲਕਿੰਗ 'ਚ, ਸਾਈਕਲ ਆਈ ਸੀ ਕੁਰਸ਼ੇਤਰ ਡੀ ਆਰ ਪੀ। ਅੱਛਾ ਜੀ, ਇਹ ਨਾ ਜੀ ਯਾਦਵ ਸਿੰਘ ਬਾਜਵਾ ਨੇ, ਕੁਰਸ਼ੇਤਰ ਵਾਲੇ ਜੀ ਜਾਣਦੇ ਜੀ, ਤੁਸੀਂ ਬੜੇ ਦਿੱਜੀ ਦੇ, ਹਾਂਜੀ, ਉਹਨਾਂ ਕੋਲ ਬਹੁਤ ਸੋਹਣੀ ਲਾਈਨ ਆਪਾਂ ਸਾਰਿਆਂ ਨੂੰ ਪਤਾ, ਠੀਕ ਹੈ ਜੀ, ਬਾਈ ਦਾ ਬੱਚਾ, ਠੀਕ ਹੈ। ਡਾਇਮੰਡ ਬੋਲੂ ਤੁਸੀਂ ਜਾਣਦੇ ਜੀ, ਤੁਹਾਡੇ ਮਿੱਤਰ ਨੇ, ਮੇਰੇ ਮਿੱਤਰ ਨੇ ਨਾ, ਅਤੇ ਦੋਵੇਂ ਲਾਈਨਾਂ ਬੜੀਆਂ ਵਧੀਆ ਕ੍ਰੋਸ ਹੋਈਆਂ, ਹਾਂਜੀ ਹਾਂਜੀ, ਆਉਣ ਵਾਲੇ ਸਮੇਂ 'ਚ ਚੰਗੀ ਵੀ ਜੁੜੀ ਜਾ ਸਕਦੀ ਹੈ, ਕਿਉਂਕਿ ਲਾਈਨਾਂ ਦੋਵੇਂ ਬਹੁਤ ਚੰਗੀਆਂ, ਦੋਸਤੋ ਇਹ ਦੂਸਰੇ ਨੰਬਰ 'ਤੇ ਆਇਆ ਹੈਗਾ ਡਾਇਮੰਡ ਦਾ ਬੱਚਾ, ਉਹਨੂੰ ਆਪਾਂ ਬਾਡੀ ਬਾਂਦਰੀ 'ਚ ਦਿਖਾ ਦਿੰਦੇ ਹੈਗੇ, ਅਤੇ ਦੂਸਰਾ ਟਰੈਕਟਰ ਜਿਹੜਾ ਉਹ ਆਪਣੇ ਭਰਾ ਗੁਰਦ ਫੋਟੋ ਤੋਂ ਲਿਆ, ਉਹਨਾਂ ਨੂੰ ਸਪੋਂਸਰ ਕੀਤਾ ਜੀ, ਚੱਕਲੀ ਲੱਗ ਸੀ, ਬਹੁਤ ਬਹੁਤ ਧੰਨਵਾਦ, ਫੋਟੋ ਕਰਦੇ ਦੇਖੋ ਇਹਦੀ ਬਾਡੀ ਬਾਂਦਰਾ, ਇਹ ਡਾਇਮੰਡ ਦਾ ਦੂਸਰੇ ਨੰਬਰ 'ਤੇ ਆਇਆ ਹੈਗਾ। ਦੂਜੇ ਨੰਬਰ ਵਾਲਾ ਦੋਸਤੋ ਡਾਇਮੰਡ ਬੋਲ ਦਾ ਤੁਸੀਂ ਦੁਬਾਰੇ ਫਿਰ ਚੈੱਕ ਕਰ ਸਕਦੇ ਹੋ ਇਹਦੀ ਬਾਡੀ ਬਾਂਦਰ, ਕਿਉਂਕਿ ਬਾਡੀ ਬਾਂਦਰ ਦਿਖਾਉਣੀ ਜ਼ਰੂਰੀ ਆ। ਬਾਡੀ ਬਾਂਦਰ ਤੁਸੀਂ ਦੁਬਾਰੇ ਫਿਰ ਦੇਖ ਸਕਦੇ ਹੋ ਦੋਸਤੋ, ਜਿਹੜਾ ਫਸਟ ਆਇਆ ਹੈਗਾ ਉਹ ਨੂਰ ਦਾ ਬੱਚਾ, ਅਤੇ ਪਰਾਲੀ ਖਾਣੇ ਦੇ ਨਾਂ 'ਤੇ ਇਹ ਅੱਗੇ ਮਸ਼ਹੂਰ ਹੋਇਆ ਸੀਗਾ। ਦੁਬਾਰੇ ਤੁਹਾਨੂੰ ਫਿਰ ਆਪਾਂ ਇਹ ਦਿਖਾ ਦਿੰਦੇ ਹਾਂਗੇ, ਲਓ ਵੀ ਦੋਸਤੋ ਦੇਖੋ ਤੁਸੀਂ, ਹੁਣ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਆਪਦੇ ਇਹ ਜਗ੍ਹਾ 'ਤੇ ਆ ਕੇ ਖੜ ਗਿਆ, ਅਤੇ ਦੋ ਤਿੰਨ ਕੱਟੇ ਹੋਰ ਆ, ਇੱਕ ਇਹ ਝੋਟੀ ਆ, ਇਹ ਵੀ ਕੋਹਿਨੂਰ ਬੋਲ ਦੂਈ ਆ, ਇਹਦਾ ਕੱਲ੍ਹ ਮੁਕਾਬਲਾ ਸੀ ਖੀਰੀਆਂ ਦੇ ਵਿੱਚ, ਇਹ ਪੰਜਵੇਂ ਨੰਬਰ 'ਤੇ ਆ ਗਈ ਸੀਗੀ, ਅਤੇ ਬਾਕੀ ਦੋ ਇੱਧਰ ਆ ਗਏ ਨੀਲੀ ਰਾਵੀ ਦੇ, ਅਤੇ ਕੱਟਾ ਬਹੁਤ ਜ਼ਿਆਦਾ ਸੰਭਿਆ ਵਾ, ਦੇਖਣ ਨੂੰ ਇਹ ਐਂ ਲੱਗਦਾ ਵੀ ਚਾਰ ਦੰਦ ਦਾ ਜਾਂ ਚਾਰ ਦੰਦ ਤੋਂ ਵੀ ਵੱਡਾ ਹੀ ਲੱਗਦਾ, ਵੀ ਵੱਡਾ ਬੁੱਲ ਆ, ਅਡਲਟ ਦੇ ਵਿੱਚ ਹੀ ਲੱਗਦਾ ਗਾ, ਸਾਂਭ ਸੰਭਾਲ ਚੰਗੀ ਹੈਗੀ, ਤਾਂ ਕਰਕੇ ਹਜੇ ਦੋ ਦੰਦ ਹੀ ਆ, ਅਤੇ ਯਕੀਨ ਨਹੀਂ ਆਉਂਦਾ ਵੀ ਇਹ ਦੋ ਦੰਦ ਦਾ ਵਾ, ਅਤੇ ਸਾਰਿਆਂ ਤੋਂ ਵੱਡਾ ਸੀਗਾ, ਖੁੱਲ੍ਹੇ ਡੁੱਲੇ ਢਾਂਚੇ ਦਾ ਸੀਗਾ, ਅਤੇ ਪਿਛਲੀ ਵਾਰ ਵੀ ਇਹ ਜਿੱਤਿਆ ਵਾ ਗਾ ਖੀਰਿਆਂ ਦੇ ਵਿੱਚ, ਇਸ ਵਾਰੀ ਦੋ ਦੰਦ ਦੇ ਵਿੱਚ ਜਿੱਤ ਗਿਆ, ਵੈਸੇ ਪਤਾ ਸੀਗਾ ਕਿਉਂਕਿ ਜੱਜਾਂ ਨੇ ਪਹਿਲਾਂ ਹੀ ਇਹਨੂੰ ਪਾਸੇ ਲਾ ਕੇ ਖੜਾਤਾ ਸੀਗਾ, ਅਤੇ ਪਤਾ ਹੀ ਸੀਗਾ ਸਾਰਿਆਂ ਨੂੰ ਵੀ ਇਹ ਜਿੱਤੂਗਾ, ਸਾਨੂੰ ਬਾਡੀ ਬਾਂਦਰ ਸੋਚਿਆ ਵੀ ਆਪਾਂ ਇੱਥੇ ਕੋਲੇ ਜਾ ਕੇ ਫੇਰ ਦਿਖਾ ਦੇਵਾਂ। ਕੋਹਿਨੂਰ ਚੂੜ ਚੱਕ ਵਾਲੇ ਦਾ ਇਹ ਬਾਡੀ ਬਾਂਦਰ ਤੁਸੀਂ ਦੇਖ ਸਕਦੇ ਹੋ ਦੁਬਾਰੇ, ਇਹ ਕਾਸਟ ਕਰਨੀ ਚਾਹੀਦੀ ਹੈ।
ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਹੜੇ ਭਰਾ ਨਵੇਂ ਆਏ ਹੈਗੇ, ਅਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ। ਧੰਨਵਾਦ।